ਇਹ ਰਸਾਇਣ ਸ਼ਾਸਤਰ ਵਿੱਚ ਇੱਕ ਮਜ਼ੇਦਾਰ ਪ੍ਰਯੋਗ ਹੈ। ਤੁਹਾਨੂੰ ਸਿਲਵਰ ਨਾਈਟ੍ਰੇਟ ਕੋਲ ਤਾਂਬੇ ਦੀ ਸੋਟੀ ਜਾਂ ਰੋਡ ਤੇ ਇੱਕ ਬੀਕਰ ਦੀ ਲੋੜ ਹੈ। ਇੱਕ ਸਾਫ ਤਾਂਬੇ ਦੀ ਸੋਟੀ ਸਿਲਵਰ ਨਾਈਟ੍ਰੇਟ ਦੇ ਘੋਲ ਵਿੱਚ ਡਬੋ। ਜਦੋਂ ਤੁਸੀਂ ਇਹਨੂੰ ਕੱਢੋਗੇ ਤਾਂ ਚਾਂਦੀ ਦੇ ਨਾਲ ਲਿਪਿਤ ਮਿਲੇਗਾ। ਤਾਂਬੇ ਦੀ ਸੋਟੀ ਜਾਂ ਰੋਡ ਦੀ ਥਾਂ ਤੇ ਤੁਸੀਂ ਤਾਂਬੇ ਦੀ ਪੱਤੀ ਦੇ ਨੂੰ ਕੱਟ ਕੇ ਉਸਦੇ ਨਾਲ ਦਰਖਤ ਬਣਾ ਕੇ ਉਸਨੂੰ ਵੀ ਉਸ ਵਿੱਚ ਡਬੋ ਸਕਦੇ ਹੋ। ਕੁਝ ਦੇਰ ਬਾਅਦ ਇਹ ਰੁੱਖ ਚਾਂਦੀ ਨਾਲ ਲਿਪਿਤ ਹੋਏਗਾ ਤੇ ਬਹੁਤ ਸੋਹਣਾ ਚਾਂਦੀ ਦਾ ਦਰਖਤ ਲੱਗੇਗਾ। ਸਿਲਵਰ ਨਾਈਟ੍ਰੇਟ ਕੋਲ ਮਹਿੰਗਾ ਹੈ ਪਰ ਇਹ ਬਹੁਤ ਗ੍ਰਾਫਿਕ ਪ੍ਰਯੋਗ ਹੈ।